ਉਦਾਸੀਨ ਆਸ਼ਰਮ ਤਪੋਵਨ ਬਾਬਾ ਭਾਈ ਭਗਤੂ ਜੀ ਭਗਤੂਵਾਲਾ ਨੇੜੇ ਜੈਤੋਂ ਵਿਖੇ ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਦੀ ਜਮਾਤ 12 ਸਾਲ ਬਾਅਦ ਪੁੱਜੀ, ਜਿਸ ਦੀ ਅਗਵਾਈ ਸ਼੍ਰੀ ਮਹੰਤ ਮਹੇਸ਼ਵਰ ਦਾਸ ਜੀ ਕਰ ਰਹੇ ਹਨ। ਜਮਾਤ ਦਾ ਪੁੱਜਣ ਤੇ ਅਸਥਾਨ ਦੇ ਮੌਜੂਦਾ ਮੁਖੀ ਸਟੇਟ ਅਵਾਰਡੀ ਮਹੰਤ ਰਿਸ਼ੀ ਕ੍ਰਿਸ਼ਨ ਆਨੰਦ ਜੀ ਸ਼ਾਸਤਰੀ ਗੋਲਡ ਮੈਡਲਿਸਟ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਬਾਬਾ ਸ਼੍ਰੀ ਚੰਦ ਜੀ ਦੁਆਰਾ ਬਖਸ਼ਿਸ਼ ਸ਼੍ਰੀ ਗੋਲਾ ਸਾਹਿਬ ਜੀ ਦੀ ਪੂਜਾ ਵੀ ਕੀਤੀ ਗਈ। ਪੂਜਾ ਹੋਣ ਉਪਰੰਤ ਸ਼੍ਰੀ ਮਹੰਤ ਜੀ ਵੱਲੋਂ ਮਹੰਤ ਰਿਸ਼ੀ ਕ੍ਰਿਸ਼ਨ ਆਨੰਦ ਸ਼ਾਸਤਰੀ ਨੂੰ ਸ਼ਾਨਦਾਰ ਲੋਈ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। पार ब्रह्म गुरु भगवंत गुरु मेरी पूजा गुरु गोविंद गुरु मेरा पार ब्रह्म गुरु भगवंत गुरु मेरी पूजा गुरु गोविंद गुरु मेरा पार ब्रह्म गुरु भगवंत गुरु मेरी पूजा गुरु गोविंद गुरु मेरा पार ब्रह्म गुरु भगवंत समागम मौके महंत अमृत मुनि जी मानसा महंत ਸ਼ਾਂਤਾਨੰਦ ਜੀ ਬੀਰੋਕੇ ਕਲਾਂ ਮਹੰਤ ਰਮੇਸ਼ ਮੁਨੀ ਜੀ ਤਲਵੰਡੀ ਮਹੰਤ ਭੂਮਾਨੰਦ ਜੀ ਰਾਪੁਰ ਮਹੰਤ ਦਰਬਾਰਾ ਦਾਸ ਜੀ ਰਾਮਾ ਮਹੰਤ ਕਰਨ ਦਾਸ ਜੀ ਖਿੜਕੀਆਂ ਮਹੰਤ ਹਰਵੰਸ ਦਾਸ ਜੀ ਜਗਾ ਰਾਮ ਤੀਰਥ ਮਹੰਤ ਬਲਵੰਤ ਮੁਨੀ ਜੀ ਤੁੰਗਵਾਲੀ ਸੰਤ ਹਜ਼ੂਰਦਾਸ ਜੀ ਭਗਤੂਆਣਾ ਸੰਤ ਸਤ ਪ੍ਰਕਾਸ਼ ਜੀ ਭਗਤੂਆਣਾ ਵੀ ਹਾਜ਼ਰ ਸਨ। ਇਸ ਮੌਕੇ ਮਹੰਤ ਰਿਸ਼ੀ ਕ੍ਰਿਸ਼ਨ ਆਨੰਦ ਜੀ ਸ਼ਾਸਤਰੀ ਗੋਲਡ ਮੈਡਲਿਸਟ ਵੱਲੋਂ ਸ਼੍ਰੀ ਮਹੰਤ ਸਹਿਬਾਨਾਂ ਤੋਂ ਇਲਾਵਾ ਸਮੂਹ ਭੇਖ ਭਗਵਾਨ ਵੱਲੋਂ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਉਣ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਨਵੀਂ ਡੈਰੀ ਅਤੇ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਸਾਡੇ ਰਿਪੋਰਟਰ ਗੌਰਵ ਗਰਗ ਸ਼ਿਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਰਿਸ਼ੀ ਕ੍ਰਿਸ਼ਨ ਆਨੰਦ ਜੀ ਸ਼ਾਸਤਰੀ ਸਟੇਟ ਅਵਾਰਡੀ ਅਤੇ ਮਹੰਤ ਗਿਆਨ ਸਰੂਪ ਜੀ ਗੁਰੂ ਸਰ ਅਤੇ ਮਹੰਤ ਆਤਮ ਸਰੂਪ ਜੀ ਸੀਵੀਆ ਨੇ ਆਪਣੇ ਵਿਚਾਰ ਰੱਖੇ। ਸੱਤ ਪੰਜ ਪਰਮੇਸ਼ਵਰ ਕੇ ਸਾਨਿਧਿ ਮੇਂ ਸ਼੍ਰੀ ਗੋਲਾ ਸਾਹਿਬ ਜੀ ਦਾ ਆਚਾਰਿਆ ਜੀ ਦਾ ਪੂਜਨ ਹੋਣਾ ਹੈ। ਉਸ ਪੂਜਨ ਮੇਂ ਸ਼ਾਮਿਲ ਸਾਰੇ ਸੰਤ ਸਮਾਜ ਸਾਧ ਸੰਗਤ ਜੀਆਂ ਨੂੰ ਵਧਾਈਆਂ ਦੇਣਾ ਚਾਹੁੰਦੇ ਹਾਂ। ਸੰਸਾਰ ਭਰ ਦੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਸਾਧ ਸੰਗਤ ਜੀਆਂ ਨੂੰ ਸਾਧੂਵਾਦ ਦੇਣਾ ਚਾਹੁੰਦੇ ਹਾਂ। ਬਾਲੇਤੀ ਜਗਤਗੁਰੂ ਸ਼੍ਰੀ ਚੰਦਰ ਭਗਵਾਨ ਮਿਹਰ ਕਰਨ, ਸੰਸਾਰ ਦੇ ਵਿੱਚ ਅਮਨ ਅਮਾਨ ਸ਼ਾਂਤੀ ਕਾਇਮ ਹੋ, ਧਰਮ ਦਾ ਪ੍ਰਚਾਰ ਹੋ, ਅਧਰਮ ਦਾ ਨਾਸ਼ ਹੋ, ਗਊਆਂ ਦੀ ਰੱਖਿਆ ਹੋ। ਇੰਨੀ ਦੁਆਵਾਂ ਨਾਲ ਇਹ ਪ੍ਰੋਗਰਾਮ ਦਾ ਆਗਾਜ਼ ਦੂਰਦਰਸ਼ਨ ਚੈਨਲ ਕਰਨੇ ਜਾ ਰਿਹਾ ਹੈ, ਉਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੇ ਹਾਂ। ਸਾਰੇ ਮਹਾਂਪੁਰਸ਼ਾਂ ਨੂੰ, ਸੰਤ ਮਹਾਂਪੁਰਸ਼ਾਂ ਨੂੰ,
जो भी पंजाब चों वधारे है सारयां नूं धन्नवाद जी आया कहिंदे बहुत साचे दरबार की जय।